ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ, ਅਸੀਂ ਡਾਇਰੈਕਸ਼ਨ ਹੀ ਮੰਗੀ ਸੀਗੀ ਕਿ ਰਿਸਪੋਂਡੈਂਟ ਨੰਬਰ 2 ਜਿਹੜਾ ਹੈਗਾ ਸਟੇਟ ਇਲੈਕਸ਼ਨ ਕਮਿਸ਼ਨ ਹੈਗਾ ਉਹਦੇ ਉੱਤੇ ਕੋਈ ਹਦਾਇਤਾਂ ਜਾਰੀ ਕਰੇ ਤੇ ਉਹਨਾਂ ਨੂੰ ਦਿੱਤਾ ਵੀ ਤੁਸੀਂ ਇਹ ਕੰਸੀਡਰ ਕਰੋ ਜਿਹੜੀ ਸਾਡਾ ਗ੍ਰੀਵੀਅੰਸ ਅਸੀਂ ਰੇਜ਼ ਕੀਤਾ ਤੇ ਇਹਦੇ ਉੱਤੇ ਕੋਗਨੀਜੈਂਸ ਲਈ ਜਾਵੇ ਤੇ ਉਹ ਡਾਇਰੈਕਸ਼ਨ ਦਿੱਤੀ ਹੈ ਉਹਨਾਂ ਨੂੰ ਤੇ ਡਿਸਾਈਡ ਹੋ ਗਈ ਹੈ ਮਤਲਬ ਡਿਸਪੋਜ਼ ਆਫ ਕਰਤੀ ਇਲੈਕਸ਼ਨ ਕਮਿਸ਼ਨ ਇਸ ਤੇ ਕੰਸੀਡਰ ਕਰਕੇ ਹਾਂਜੀ ਅੱਗੇ ਕਾਰਵਾਈ ਕਰੇਗਾ ਤੇ ਇਹਦੇ ਚ ਇਹ ਚੰਗੀ ਗੱਲ ਹੈ ਵੀ ਕਿਉਂਕਿ ਜਿਹੜੇ ਹੋਰ ਪਿੰਡਾਂ ਚ ਕੱਲ ਅਸੀਂ ਸ਼ਾਮ ਨੂੰ ਵੀ ਈਵਨ ਦੇਖੇ ਆ ਕੁਛ ਵੀਡੀਓ ਸਾਹਮਣੇ ਆਈ ਹੈ ਤੇ ਜੇ ਕਿਤੇ ਹੋਰ ਵੀ ਇਹੋ ਜਿਹਾ ਕੁਛ ਹੋ ਰਿਹਾ ਤੇ ਪੀੜਤ ਜਿਹੜੀ ਉਥੋਂ ਦੀ ਸਬੰਧਤ ਲੋਕ ਪੀੜਤ ਨੇ ਉਹ ਇਲੈਕਸ਼ਨ ਕਮਿਸ਼ਨ ਕੋਲੇ ਆਪਦੀ ਸ਼ਿਕਾਇਤ ਕਰ ਸਕਦੇ ਆ ਤੇ ਕੋਰਟ ਨੈਕਸਟ ਵੀਕ ਵੀ ਖੁੱਲੀ ਹੈ ਚਾਹੇ ਹਾਈ ਕੋਰਟ ਬੰਦ ਹੈ ਬਟ ਵਕੇਸ਼ਨ ਰੋਸਟਰ ਬੈਠਾ ਜੇ ਇਹੋ ਜਿਹਾ ਕੁਛ ਹੁੰਦਾ ਤੇ ਜਿੰਨੀ ਵੀ ਉਥੋਂ ਦੇ ਜਿਹੜੇ ਕਿਸੇ ਵੀ ਜਗ੍ਹਾ ਦੇ ਉੱਤੇ ਏਦਾਂ ਕਹਿ ਕੇ ਵੀ ਕੋਈ ਬੋਲੀ ਲੱਗ ਜਾਵੇ ਤੇ ਬਾਕੀ ਸਾਰੇ ਲੋਕਾਂ ਦੇ ਹੱਕ ਉਥੇ ਨੱਪ ਲਏ ਜਾਣ ਠੀਕ ਹੈ ਜੀ ਉਹ ਆ ਕੇ ਚੈਲੰਜ ਕਰ ਸਕਦੇ ਆ ਦੈਟ ਇਜ਼ ਓਪਨ ਫਾਰ ਚੈਲੰਜ ਇਲੈਕਸ਼ਨ ਕਮਿਸ਼ਨ ਕੋਲੇ ਜਾ ਸਕਦੇ ਆ ਜੇ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਸਟੇਟ ਇਲੈਕਸ਼ਨ ਕਮਿਸ਼ਨ ਨਹੀਂ ਉਹਦੇ ਤੇ ਕੋਈ ਰਿਸਪੋਂਸ ਕਰਦਾ ਤੇ ਫਿਰ ਉਹ ਹਾਈ ਕੋਰਟ ਵੀ ਆ ਸਕਦੇ ਆ ਕਿਆ ਕੁਝ ਇਦਾਂ ਦੇ ਵੀ ਪੁਲਿਸ ਸਰਕਾਰ ਨੇ ਕਿਹਾ ਜਾਂ ਕੁਝ ਡਾਟਾ ਸੌਂਪਿਆ ਕਿ ਪਰਚਾ ਕੀਤਾ ਕਿਸੇ ਤੇ ਜਿਹੜਾ ਨੇ ਸਰਪੰਚਾਂ ਦੀ ਬੋਲੀ ਲਾਈ ਨਹੀਂ ਸਰਕਾਰ ਇਹ ਤਾਂ ਡਿਨਾਈ ਕਰਕੇ ਇਹ ਕਹਿੰਦੇ ਜੀ ਇਹ ਤਾਂ ਮੀਡੀਆ ਦੀਆਂ ਰਿਪੋਰਟਸ ਹੈਗੀਆਂ ਤੇ ਅਸੀਂ ਮੀਡੀਆ ਦੀ ਰਿਪੋਰਟ ਬਾਰੇ ਅਨਆਫੀਸ਼ੀਅਲ ਹੈਗੀਆਂ ਇਸ ਕਰਕੇ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਹੈਗਾ ਇਹ ਡਿਨਾਈ ਕਰ ਗਈ ਹੈ ਸਰਕਾਰ ਤੋਂ ਸਰਕਾਰ ਬਿਲਕੁਲ ਡਿਨਾਈ ਕਰ ਗਈ ਇਸ ਚੀਜ਼ ਨੂੰ ਪਰ ਮੈਂ ਜੱਜਮੈਂਟ ਦੇ ਕੇ ਆਈ ਹਾਂ ਜਿਹਦੇ ਵਿੱਚ ਸਟੇਟ ਆਫ ਉੱਤਰਾਖੰਡ ਦੀ ਜੱਜਮੈਂਟ ਸੀਗੀ ਜੱਜਮੈਂਟ ਦੇ ਕੇ ਆਈ ਹਾਂ ਉਹਦੇ 'ਚ ਲਿਖਿਆ ਹੋਇਆ ਸੀ ਸਪੈਸ਼ਲੀ ਕਾਫੀ ਸਾਰੇ ਜਿਹੜੇ ਪੁਆਇੰਟ ਸੀ 34 ਪੁਆਇੰਟ ਸੀ ਉਹਨਾਂ 'ਚ ਮੇਨ ਪੁਆਇੰਟ ਇਹ ਸੀ ਕਿ ਇਨਫੋਰਮੇਸ਼ਨ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਇਨਫੋਰਮੇਸ਼ਨ ਕਿਤੋਂ ਵੀ ਮਰਜ਼ੀ ਮਿਲਦੀ ਹੈ ਚਾਹੇ ਉਹ ਪ੍ਰਿੰਟ ਮੀਡੀਆ ਤੋਂ ਮਿਲਿਆ ਜਾਂ ਸਾਨੂੰ ਜਿੱਦਾਂ ਅੱਜ ਕੱਲ੍ਹ ਸਾਰੀ ਇਲੈਕਟ੍ਰੋਨਿਕ ਮੀਡੀਆ ਤੋਂ ਮਿਲ ਰਹੀ ਹੈ ਉਹਦੀ ਕੋਗਨੀਜੈਂਸ ਲਵੇ ਤੇ ਇਮੀਡੀਏਟਲੀ ਉਹਦੇ ਉੱਤੇ ਰਿਐਕਟ ਕਰੇ ਤੇ ਇਹੋ ਜਿਹੀ ਜਿਹੜੀ ਮੈਲ ਪ੍ਰੈਕਟਿਸ ਇਕਦਮ ਕੋਈ ਸਡਨਲੀ ਅਰਾਈਜ਼ ਹੁੰਦੀ ਹੈ ਹਾਰਸ ਟ੍ਰੇਡਿੰਗ ਹੋ ਗਈ ਜਾਂ ਜੋ ਵੀ ਹੈ ਹਾਰਸ ਟ੍ਰੇਡਿੰਗ ਹੀ ਆਪਾਂ ਇਹਨੂੰ ਕਹਿੰਦੇ ਹਾਂ ਤੇ ਉਹ ਰੋਕੀ ਜਾਵੇ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਅਸੀਂ ਡਾਇਰੈਕਸ਼ਨ ਹੀ ਮੰਗੀ ਸੀਗੀ ਕਿ ਰਿਸਪੋਂਡੈਂਟ ਨੰਬਰ 2 ਜਿਹੜਾ ਹੈਗਾ ਸਟੇਟ ਇਲੈਕਸ਼ਨ ਕਮਿਸ਼ਨ ਹੈਗਾ ਉਹਦੇ ਉੱਤੇ ਕੋਈ ਹਦਾਇਤਾਂ ਜਾਰੀ ਕਰੇ ਤੇ ਉਹਨਾਂ ਨੂੰ ਦਿੱਤਾ ਵੀ ਤੁਸੀਂ ਇਹ ਕੰਸੀਡਰ ਕਰੋ ਜਿਹੜੀ ਸਾਡਾ ਗ੍ਰੀਵੀਅੰਸ ਅਸੀਂ ਰੇਜ਼ ਕੀਤਾ ਤੇ ਇਹਦੇ ਉੱਤੇ ਕੋਗਨੀਜੈਂਸ ਲਈ ਜਾਵੇ ਤੇ ਉਹ ਡਾਇਰੈਕਸ਼ਨ ਦਿੱਤੀ ਹੈ ਉਹਨਾਂ ਨੂੰ ਤੇ ਡਿਸਾਈਡ ਹੋ ਗਈ ਹੈ ਮਤਲਬ ਡਿਸਪੋਜ਼ ਆਫ ਕਰਤੀ ਹੈ ਇਲੈਕਸ਼ਨ ਕਮਿਸ਼ਨ ਇਸ ਤੇ ਕੰਸੀਡਰ ਕਰਕੇ ਹਾਂਜੀ ਅੱਗੇ ਕਾਰਵਾਈ ਕਰੇਗਾ ਤੇ ਇਹਦੇ ਚ ਇਹ ਚੰਗੀ ਗੱਲ ਹੈ ਵੀ ਕਿਉਂਕਿ ਜਿਹੜੇ ਹੋਰ ਪਿੰਡਾਂ ਚ ਕੱਲ ਅਸੀਂ ਸ਼ਾਮ ਨੂੰ ਵੀ ਈਵਨ ਦੇਖੇ ਆ ਕੁਛ ਵੀਡੀਓ ਸਾਹਮਣੇ ਆਈ ਹੈ ਤੇ ਜੇ ਕਿਤੇ ਹੋਰ ਵੀ ਇਹੋ ਜਿਹਾ ਕੁਛ ਹੋ ਰਿਹਾ ਤੇ ਪੀੜਤ ਜਿਹੜੀ ਉਥੋਂ ਦੀ ਸਬੰਧਤ ਲੋਕ ਪੀੜਤ ਨੇ ਉਹ ਇਲੈਕਸ਼ਨ ਕਮਿਸ਼ਨ ਕੋਲੇ ਆਪਦੀ ਸ਼ਿਕਾਇਤ ਕਰ ਸਕਦੇ ਆ ਤੇ ਕੋਰਟ ਨੈਕਸਟ ਵੀਕ ਵੀ ਖੁੱਲੀ ਹੈ ਚਾਹੇ ਹਾਈ ਕੋਰਟ ਬੰਦ ਹੈ ਬਟ ਵਕੇਸ਼ਨ ਰੋਸਟਰ ਬੈਠਾ ਜੇ ਇਹੋ ਜਿਹਾ ਕੁਛ ਹੁੰਦਾ ਤੇ ਜਿੰਨੀ ਵੀ ਉਥੋਂ ਦੇ ਜਿਹੜੇ ਕਿਸੇ ਵੀ ਜਗ੍ਹਾ ਦੇ ਉੱਤੇ ਏਦਾਂ ਕਹਿ ਕੇ ਵੀ ਕੋਈ ਬੋਲੀ ਲੱਗ ਜਾਵੇ ਤੇ ਬਾਕੀ ਸਾਰੇ ਲੋਕਾਂ ਦੇ ਹੱਕ ਉਥੇ ਨੱਪ ਲਏ ਜਾਣ ਠੀਕ ਹੈ ਜੀ ਉਹ ਆ ਕੇ ਚੈਲੰਜ ਕਰ ਸਕਦੇ ਆ ਦੈਟ ਇਜ਼ ਓਪਨ ਫਾਰ ਚੈਲੰਜ ਇਲੈਕਸ਼ਨ ਕਮਿਸ਼ਨ ਕੋਲੇ ਜਾ ਸਕਦੇ ਆ ਜੇ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਸਟੇਟ ਇਲੈਕਸ਼ਨ ਕਮਿਸ਼ਨ ਨਹੀਂ ਉਹਦੇ ਤੇ ਕੋਈ ਰਿਸਪੋਂਸ ਕਰਦਾ ਤੇ ਫਿਰ ਉਹ ਹਾਈ ਕੋਰਟ ਵੀ ਆ ਸਕਦੇ ਆ ਕਿਆ ਕੁਝ ਇਦਾਂ ਦੇ ਵੀ ਪੁਲਿਸ ਸਰਕਾਰ ਨੇ ਕਿਹਾ ਜਾਂ ਕੁਝ ਡਾਟਾ ਸੌਂਪਿਆ ਕਿ ਪਰਚਾ ਕੀਤਾ ਕਿਸੇ ਤੇ ਜਿਹੜਾ ਨੇ ਸਰਪੰਚਾਂ ਦੀ ਬੋਲੀ ਲਾਈ ਨਹੀਂ ਸਰਕਾਰ ਇਹ ਤਾਂ ਡਿਨਾਈ ਕਰਕੇ ਇਹ ਕਹਿੰਦੇ ਜੀ ਇਹ ਤਾਂ ਮੀਡੀਆ ਦੀਆਂ ਰਿਪੋਰਟਸ ਹੈਗੀਆਂ ਤੇ ਅਸੀਂ ਮੀਡੀਆ ਦੀ ਰਿਪੋਰਟ ਬਾਰੇ ਅਨਆਫੀਸ਼ੀਅਲ ਹੈਗੀਆਂ ਇਸ ਕਰਕੇ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਹੈਗਾ ਇਹ ਡਿਨਾਈ ਕਰ ਗਈ ਹੈ ਸਰਕਾਰ ਤੋਂ ਸਰਕਾਰ ਬਿਲਕੁਲ ਡਿਨਾਈ ਕਰ ਗਈ ਇਸ ਚੀਜ਼ ਨੂੰ ਪਰ ਮੈਂ ਜੱਜਮੈਂਟ ਦੇ ਕੇ ਆਈ ਹਾਂ ਜਿਹਦੇ ਵਿੱਚ ਸਟੇਟ ਆਫ ਉੱਤਰਾਖੰਡ ਦੀ ਜੱਜਮੈਂਟ ਸੀਗੀ ਜੱਜਮੈਂਟ ਦੇ ਕੇ ਆਈ ਹਾਂ ਉਹਦੇ 'ਚ ਲਿਖਿਆ ਹੋਇਆ ਸੀ ਸਪੈਸ਼ਲੀ
ਕਾਫੀ ਸਾਰੇ ਜਿਹੜੇ ਪੁਆਇੰਟ ਸੀ 34 ਪੁਆਇੰਟ ਸੀ ਉਹਨਾਂ ਚ ਮੇਨ ਪੁਆਇੰਟ ਇਹ ਸੀ ਕਿ ਇਨਫੋਰਮੇਸ਼ਨ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਇਨਫੋਰਮੇਸ਼ਨ ਕਿਤੋਂ ਵੀ ਮਰਜ਼ੀ ਮਿਲਦੀ ਹੈ ਚਾਹੇ ਉਹ ਪ੍ਰਿੰਟ ਮੀਡੀਆ ਤੋਂ ਮਿਲਿਆ ਜਾਂ ਸਾਨੂੰ ਜਿੱਦਾਂ ਅੱਜ ਕੱਲ੍ਹ ਸਾਰੀ ਇਲੈਕਟ੍ਰੋਨਿਕ ਮੀਡੀਆ ਤੋਂ ਮਿਲ ਰਹੀ ਹੈ ਉਹਦੀ ਕੋਗਨੀਜੈਂਸ ਲਵੇ ਤੇ ਇਮੀਡੀਏਟਲੀ ਉਹਦੇ ਉੱਤੇ ਰਿਐਕਟ ਕਰੇ ਤੇ ਇਹੋ ਜਿਹੀ ਮੈਲ ਪ੍ਰੈਕਟਿਸ ਇਕਦਮ ਕੋਈ ਸਡਨਲੀ ਅਰਾਈਜ਼ ਹੁੰਦੀ ਹੈ ਹਾਰਸ ਟ੍ਰੇਡਿੰਗ ਹੋ ਗਈ ਜਾਂ ਜੋ ਵੀ ਹੈ ਹਾਰਸ ਟ੍ਰੇਡਿੰਗ ਹੀ ਆਪਾਂ ਇਹਨੂੰ ਕਹਿੰਦੇ ਹਾਂ ਤੇ ਉਹ ਰੋਕੀ ਜਾਵੇ।